ਸਬ ਡਿਵੀਜ਼ਨ ਪਾਤਰਾਂ ਦੇ ਅਧੀਨ ਪੈਂਦੇ ਪਿੰਡ ਗੁਲਾੜ 'ਚ ਬੀਤੇ ਦਿਨੀ ਡਰੇਨੇਜ ਵਿਭਾਗ ਦੇ SDO ਅਤੇ SDM ਪਾਤਰਾਂ ਵੱਲੋਂ ਗੁਲਾੜ ਦੀਆਂ ਸੜਕਾਂ ਥੱਲੇ ਨੱਪੀਆਂ ਬਰਸਾਤੀ ਪਾਣੀ ਦੀਆਂ ਪੁਲੀਆਂ ਨੂੰ ਸਾਫ਼ ਕਰਾਉਣ ਲਈ ਸਟਾਫ ਸਮੇਤ ਪਹੁੰਚੇ ਸਨ, ਜਿਸ 'ਚ ਸੀਨੀਅਰ ਅਫਸਰਾਂ ਵੱਲੋਂ ਵੱਡੇ ਜ਼ਿਮੀਂਦਾਰਾਂ 'ਤੇ ਕੋਈ ਕਾਰਵਾਈ ਨਾ ਕਰਦਿਆਂ 1-3 ਕਨਾਲ ਦੇ ਜ਼ਿਮੀਂਦਾਰ ਦੇ ਝੂਠਾ ਪਰਚਾ ਦਰਜ ਕਰ ਦਿੱਤਾ ਹੈ। ਇਸ 'ਤੇ ਜਾਣਕਾਰੀ ਦਿੰਦਿਆਂ ਜ਼ਿਮੀਂਦਾਰ ਅੰਗਰੇਜ਼ ਸਿੰਘ, ਗੁਰਨਾਮ ਸਿੰਘ ਅਤੇ ਜਿੰਦਰ ਸਿੰਘ ਨੇ ਕਿਹਾ ਹੈ ਕਿ ਵਿਭਾਗ ਵੱਲੋਂ ਜੋਗੇ ਵਾਲੇ ਤੋਂ ਲੈ ਕੇ ਪਿੰਡ ਗਲਾੜ ਤੱਕ ਕਈ ਪੁਲੀਆਂ ਆਉਂਦੀਆਂ ਹਨ, ਉਹਨਾਂ ਨੇ ਕੋਈ ਵੀ ਸਾਫ਼ ਨਹੀਂ ਕਰਵਾਈ ਅਤੇ 1 ਗਰੀਬ ਪਰਿਵਾਰ 'ਤੇ ਧੱਕਾਸ਼ਾਹੀ ਕੀਤੀ ਹੈ ਅਤੇ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਇਹ ਪੁਲੀਆਂ ਸਾਫ਼ ਕਰਵਾਉਣੀਆਂ ਹਨ ਤਾਂ ਇਸ ਦੀ ਸ਼ੁਰੂਆਤ ਤੋਂ ਕਰ ਦਿਉਣ, ਅਸੀਂ ਸਰਕਾਰ ਦੇ ਫੈਸਲੇ ਨਾਲ ਸੰਭਵ ਹੋਵਾਂਗੇ। ਉਹਨਾਂ ਕਿਹਾ ਕਿ ਪਿੰਡ ਦੇ ਰਾਜਨੀਤਿਕ ਵਿਅਕਤੀਆਂ ਦੀ ਸ਼ਹਿ 'ਤੇ ਉਹਨਾਂ ਦੇ ਪਰਿਵਾਰ 'ਤੇ ਜੋ ਵਿਅਕਤੀ ਘਰੋਂ ਬਾਹਰ ਸਨ ਉਹਨਾਂ 'ਤੇ ਵੀ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਹੈ। ਜਦੋਂ ਇਸ ਸੰਬੰਧੀ SHO ਛਤਰਾਣਾ ਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਡਰੇਨੇਜ ਵਿਭਾਗ ਵੱਲੋਂ ਹੈ, ਉਹਨਾਂ ਦੇ ਆਧਾਰ 'ਤੇ ਹੀ ਬਣਦੀ ਕਾਰਵਾਈ ਕੀਤੀ ਹੈ। ਕੀ ਨਾਮ ਹੈ ਜੀ? ਅੰਗਰੇਜ਼ ਸਿੰਘ ਜੀ। ਕੀ ਗੱਲਬਾਤ ਹੈ ਜਿਹੜਾ ਪੁਲੀਆਂ ਨੂੰ ਲੈ ਕੇ ਤੁਸੀਂ ਇਸ 'ਤੇ ਕਹਿੰਦੇ ਵਿਵਾਦਿਤ ਹੋ ਰਿਹਾ ਔਰ ਪਰਚੇ ਦਰਜ ਕਰ ਰਹੀ ਹੈ ਪੁਲਿਸ? ਵੀਰ ਜੀ ਆਪਣੀ ਜ਼ਮੀਨ ਹੈ ਪਿੱਛੇ ਜੀ 3 ਕਨਾਲ, ਠੀਕ ਸਿੱਧਾ ਨੱਕਾ ਉੱਧਰੋਂ ਕਰਦੇ ਨੇ ਅਤੇ ਆਹ ਦੇਖੋ ਇੱਧਰ ਕੰਧਾਂ ਕੀਤੀਆਂ ਹੋਈਆਂ ਨੇ, ਇਹ ਥੋੜ੍ਹੇ ਮੋਟੇ ਬੰਦਿਆਂ ਦੀ ਇਹ ਪੈਲੀ ਆ, ਇਹ 25-25 ਕਿੱਲਿਆਂ ਦੇ ਟੱਕ ਨੇ ਉਹਨਾਂ ਕੋਲ, ਸਾਡੇ ਕੋਲ 3 ਕਨਾਲਾਂ ਨੇ ਸਿਰਫ ਉੱਥੇ। ਅਤੇ ਇਹਨਾਂ 'ਤੇ ਨਹੀਂ ਉੱਧਰ ਪੁਲਿਸ ਨੇ ਕੋਈ ਕਾਰਵਾਈ ਕਰੀ? ਮੈਂ ਫੁੱਲ ਗਾਲਾਂ ਕੱਢੀਆਂ, ਇਹਨਾਂ ਦਾ ਕੋਈ ਪਰਚਾ ਨਹੀਂ, ਸਾਡੇ 'ਤੇ ਪਰਚਾ। ਜਾਣੀ ਕਿ ਇਹ ਪੁਲੀ ਦੇ ਅੱਗੇ ਜਿਵੇਂ ਇਹਨਾਂ ਨੇ ਕੰਧ ਕੀਤੀ ਹੈ, ਇਹ ਉਸ ਤੋਂ ਪਹਿਲਾਂ ਕੀਤੀ ਹੈ ਜਾਂ ਬਾਅਦ 'ਚ ਕੀਤੀ ਹੈ? ਇਹ ਤਾਂ ਉਹ ਪਹਿਲਾਂ ਦੀ ਕੀਤੀ ਹੋਈ ਆ ਜੀ, ਪਹਿਲਾਂ ਦੀ ਕੀਤੀ ਹੋਈ ਆ। ਕੀ ਨਾਮ ਹੈ ਜੀ? ਮੇਰਾ ਨਾਮ ਗੁਰਨਾਮ ਸਿੰਘ। ਕੀ ਮਾਮਲਾ ਬਾਪੂ ਜੀ ਜਿਹੜਾ ਪੁਲੀ ਫੁੱਲਾਂ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਪਰਚੇ ਦਰਜ ਕੀਤੇ? ਉਹ ਜੀ ਮੈਂ ਗਰੀਬ ਆਦਮੀ, ਮੇਰੇ ਕੋਲ 3 ਗ੍ਰਾਮ ਪੈਲੀ ਹੈਗੀ ਅਤੇ ਇਹ ਜਿਨ੍ਹਾਂ ਦੇ 30-35 ਕਿੱਲੇ ਆ ਉਹਨਾਂ ਦੇ ਤਾਂ ਪੁੱਛ ਗਿੱਛ ਨਹੀਂ ਮੇਰੀ, ਇਹ 3 ਗ੍ਰਾਮ 'ਚ ਉਹਨਾਂ ਦਾ ਪੁਲੀਆਂ ਦਾ ਜ਼ੋਰ ਹੈਗਾ, ਕਿਉਂ ਇੱਥੋਂ ਦੀ ਪਾਣੀ ਸਾਰਾ ਲੰਘਣਾ ਉੱਠ ਕੇ ਪਾਸੇ ਸਿਰ ਲੰਘਦਾ ਨੀਗਾ ਅਤੇ ਮੇਰੇ ਨਾਲ ਧੱਕਾ ਹੋ ਰਿਹਾ ਆ, ਜੇ ਮੈਂ ਡਾਕਰਾਂ ਤਾਂ ਅੱਗੋਂ ਮੈਨੂੰ ਸਾਨੂੰ ਡਾਂਗੀ ਆਣ ਕੇ ਡਹਿ ਪੈਂਦੇ ਨੇ ਕਿ ਮੌਕੇ ਦੇ SDM ਵੀ ਆਏ ਸੀ ਅਤੇ ਵਿਭਾਗ ਦੇ ਅਫਸਰ ਵੀ ਆਏ ਸੀ, ਉਹਨਾਂ ਨੇ ਕੀ ਕਿਹਾ? ਤਹਿਸੀਲਦਾਰ ਆਇਆ, ਤਹਿਸੀਲਦਾਰ ਨੂੰ ਮੈਂ ਹੱਥ ਜੋੜੇ, ਮੈਂ ਕਿਹਾ ਮੇਰੇ ਕੋਲ ਇਹੋ 3 ਕਨਾਲ ਪੈ ਰਹੀ ਹੈਗੀ, SHO ਨੂੰ ਮੈਂ ਤਰਲੇ ਕੱਢੇ, ਫਿਰ ਸਾਰਿਆਂ ਦੇ ਗੜੇ ਹੱਥ ਵੀ ਜੋੜੇ, ਉਹਨਾਂ ਨੇ ਸੁਣੀ ਗਿਣੀ ਨਹੀਂ, ਉਹਨਾਂ 'ਚ ਮੇਰੇ ਪੋਤੇ ਨੇ ਉਠਾ ਲਿਆ ਬਸ। ਤੁਸੀਂ ਕਿਹਾ ਨਹੀਂ ਫਿਰ ਉਸ ਟਾਈਮ ਉਹਨਾਂ ਨੂੰ ਕੁਝ? ਬੜੇ ਤਰਲੇ ਕੱਢੇ ਨੇਗੇ ਸਾਨੂੰ ਉਹਨਾਂ ਨੇ, ਕਿ ਅਸੀਂ ਕੀ ਕਹਿਣਾ ਸੀਗਾ ਸਾਨੂੰ, ਉਹਨੇ ਇੱਕ ਜਾਣੇ ਜਦੋਂ 20 ਜਾਣੇ ਪੈਣ ਉੱਥੇ ਕੀ ਕਰ ਸਕਦੇ ਹਾਂ। ਪੁਲਿਸ ਫੋਰਸ ਕਿੰਨੀ ਕੁ ਸੀਗੀ? ਪੁਲਿਸ 15-35 ਬੰਦੇ ਹੋਣੇ ਆ। ਅੱਛਾ ਜੀ, ਹਾਂਜੀ। ਅਤੇ ਕਿੰਨੇ ਬੰਦੇ ਦਾ ਜਿਹੜਾ ਪਰਚਾ ਦਰਜ ਕੀਤਾ ਗਿਆ? ਸਾਡੇ 7 ਜਾਣਿਆਂ 'ਤੇ ਆ, ਜਿਹੜੇ ਉਹ ਮਤਲਬ ਮੌਕੇ 'ਤੇ ਨਹੀਂ ਹੈਗੇ ਵੀ, ਪੋਤਰੇ ਮੇਰੇ ਜਿਹੜੇ ਉਹ ਹਿਮਾਚਲ 'ਤੇ ਆ ਅਤੇ ਮੁੰਡਾ ਮੇਰਾ ਜਿਹੜਾ ਪਾਤਰੀ ਹੈਗਾ ਉਹਦਾ ਵੀ ਉਹਨਾਂ ਨੂੰ ਉਹ ਵੀ ਹੈਗਾ ਅਤੇ ਉਹ ਜਿੱਥੇ ਕੰਮ ਕਰਦਾ ਟਰੱਕ ਬਾਡੀਆਂ ਦਾ ਕੰਮ ਕਰਦਾ ਆ ਜੀ, ਅਤੇ ਉਹਦੇ 'ਤੇ ਵੀ ਪਰਚਾ ਨਜਾਇਜ਼, ਸਾਡੇ 'ਤੇ ਨਜਾਇਜ਼, ਮੇਰੇ ਨੌਵਾਂ ਨੂੰ ਮਾੜਾ ਚੰਗਾ ਅਬੇ ਤਬੇ ਬੋਲੇ ਨੇਗੇ, ਉਹਨਾਂ ਡਾਂਗਾਂ ਲੈ ਪੈਂਦੇ ਸੀਗੇ ਅਤੇ ਤੁਹਾਨੂੰ ਪਤਾ ਜਦੋਂ ਸਾਨੂੰ ਜੇ ਮਾੜਾ ਕੂਣਗੇ ਤਾਂ ਫਿਰ ਅੱਗੋਂ ਹੁਣ ਜਿਹਨੂੰ ਇੱਕ ਵਾਰੀ ਮਾੜਾ ਕੋਈ ਉਹ ਵੀ ਅੱਗੋਂ ਮਾੜਾ ਮੋਟਾ ਤਰਲਾ ਮਿੰਟ 'ਤੇ ਕੱਢਦਾ ਹੀ ਆ। ਇਸ ਤੋਂ ਪਹਿਲਾਂ ਵੀ ਪਿੱਛੇ ਪੁਲੀਆਂ ਨੇ ਜਾਗੇ ਨੇ ਕਿ ਇੱਥੋਂ ਸਟਾਰਟ ਖੋਲਦੇ ਹੈ ਕਿ ਉਰੇ ਤੋਂ ਲੱਗੇ ਨੇ? ਨਹੀਂ, ਪਿੱਛੋਂ ਜੋਗਾ ਵੀ ਬੰਦ ਆ, ਆਹ ਨੂਰਪੁਰ ਆਈਆਂ ਬੰਦ ਆ, ਹੋਤੀਪੁਰ ਆਈਆਂ ਬੰਦ ਆ, ਸਿਰਫ ਇੱਥੇ ਇਹਨਾਂ ਪੁਲੀਆਂ 'ਤੇ ਆਣ ਕੇ ਮੇਰੇ 'ਤੇ ਜ਼ੋਰ ਜ਼ਿਆਦਾ ਕਰਦੇ ਨੇ। ਅਤੇ ਜਿਵੇਂ ਪੁਲੀਆਂ ਇੱਥੇ ਕਈ ਦਿਖ ਰਹੀਆਂ ਨੇ ਲਗਾਤਾਰ, ਅੱਗੇ 5-6 ਪੁਲੀਆਂ ਨੇ, ਇਹ ਸਾਰੀਆਂ ਖੋਲੀਆਂ ਕਿ ਸਿਰਫ ਜਿਹੜੀ ਤੁਹਾਡੀ ਜ਼ਮੀਨ ਦੇ ਅੱਗੇ ਆਉਂਦੀ ਇਹ ਖੋਲ ਰਹੇ ਨੇ? ਇਹਨਾਂ 'ਚ ਇਹ ਖੋਲਦੇ ਨੇ, ਉਹ ਵੀ ਅਗਲੀਆਂ ਉਸ ਤਰ੍ਹਾਂ ਖਿਲਾਈਆਂ ਉਹਨਾਂ ਨੇ, ਖੋਲੀਆਂ ਹੋਈਆਂ, ਆਪ ਹੀ ਖਿਲਾਈਆਂ ਮੌਕੇ 'ਤੇ, ਮੈਂ ਉੱਦਣ ਇੱਥੇ ਹੀ ਆਇਆ ਸਾਂ। ਆਹ ਜਿਹੜੀ ਆ ਸਾਡੀ ਪਈ 'ਚ ਨੱਕਾ ਕਰਦੇ, ਮਤਲਬ ਸਾਡੇ ਬਗੈਰ ਪੁੱਛਣ ਤੋਂ ਕਰਦੇ ਨੇ ਕਿ ਪੁਲਿਸ ਹੈ, ਮੈਨੂੰ ਤਾਂ ਤੈਨੂੰ ਪਤਾ ਨਹੀਂ ਇਹ ਆਉਣਾ, ਮੈਂ ਕਿਹਾ ਤੁਸੀਂ ਜੇ ਅੱਗੋਂ ਪੁੱਛੋ ਸਾਨੂੰ ਬੁਲਾ ਸਕਦੇ ਤਾਂ ਹੁਣ ਨਹੀਂ ਬੁਲਾ ਸਕਦੇ ਵੀ ਜੀ, ਇਹਨਾਂ ਦੇ ਮੈਨੂੰ ਤਾਂ ਅੱਗੋਂ ਤਾਂ ਉਹ ਦਬਕਦੇ ਨੇ ਕਿ ਵੀ ਤੂੰ ਇਸੋ ਚਲੇ ਜਾ, ਮੈਂ ਭੱਜ ਗਿਆ ਅਤੇ ਇਹਨਾਂ ਮੁੰਡੇ ਨੂੰ ਢਾ ਲਿਆ ਆ। ਤੁਹਾਨੂੰ ਉਹਨਾਂ ਨੂੰ ਪਹਿਲਾਂ ਕੋਈ ਨੋਟਿਸ ਕੱਢਿਆ ਗਿਆ ਸੀ? ਨਾ, ਕੋਈ ਮੈਨੂੰ ਨੋਟਿਸ ਨਹੀਂ ਆਇਆ, ਕੋਈ ਮੈਨੂੰ ਕਿਸੇ ਪੁਲਿਸ ਮੁਲਾਜ਼ਮ ਨੇ ਨਹੀਂ ਦੋ ਵਾਰੀ ਆਇਆ, ਕਿਸੇ ਨੇ ਸੱਦਿਆ ਹੀ ਨਹੀਂ, ਪੁੱਛਿਆ ਹੀ ਨਹੀਂ ਗਾ, ਇਹ ਤਾਂ ਧੱਕਾ ਆਇਆ ਉਹਨਾਂ ਦਾ।
ਕੀ ਨਾਮ ਹੈ ਜੀ? ਮੇਰਾ ਨਾਮ ਗੁਰਨਾਮ ਸਿੰਘ। ਕੀ ਮਾਮਲਾ ਬਾਪੂ ਜੀ, ਜਿਹੜੇ ਪੁਲੀ ਫੁੱਲਾਂ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਪਰਚੇ ਦਰਜ ਕੀਤੇ? ਜੀ ਮੈਂ ਗਰੀਬ ਆਦਮੀ, ਮੇਰੇ ਕੋਲ 3 ਗ੍ਰਾਮ ਪੈੜੀ ਹੈਗੀ ਅਤੇ ਇਹ ਜਿਨ੍ਹਾਂ ਦੇ 30-35 ਕਿੱਲੇ ਆ ਉਹਨਾਂ ਦੇ ਤਾਂ ਪੁੱਛ ਗਿੱਛ ਨਹੀਂ ਮੇਰੀ, ਇਹ 3 ਗ੍ਰਾਮ 'ਤੇ ਉਹਨਾਂ ਦਾ ਪੁਲੀਆਂ ਦਾ ਜ਼ੋਰ ਹੈਗਾ, ਕਿਉਂ ਇੱਥੋਂ ਦੀ ਪਾਣੀ ਸਾਰਾ ਲੰਘਣਾ ਉੱਠ ਕੇ ਪਾਸੇ ਸਿਰ ਲੰਘਦਾ ਨੀਗਾ ਅਤੇ ਮੇਰੇ ਨਾਲ ਧੱਕਾ ਹੋ ਰਿਹਾ ਆ। ਜੇ ਮੈਂ ਡੱਕਦਾ ਤਾਂ ਅੱਗੋਂ ਮੈਨੂੰ ਸਾਨੂੰ ਡਾਂਗੀ ਆਣ ਕੇ ਡਹਿ ਪੈਂਦੇ ਨੇਗੇ। ਐਸ ਮੌਕੇ ਦੇ SDM ਵੀ ਆਏ ਸੀ ਅਤੇ ਵਿਭਾਗ ਦੇ ਅਫਸਰ ਵੀ ਆਏ ਸੀ, ਉਹਨਾਂ ਨੇ ਕੀ ਕਿਹਾ? ਤਹਿਸੀਲਦਾਰ ਆਇਆ, ਤਹਿਸੀਲਦਾਰ ਨੂੰ ਮੈਂ ਹੱਥ ਜੋੜੇ, ਮੈਂ ਮੇਰੇ ਕੋਲ ਇਹੋ 3 ਕਨਾਲ ਪੈਰੀ ਹੈਗੀ, SHO ਨੂੰ ਮੈਂ ਤਰਲੇ ਕੱਢੇ, ਫਿਰ ਸਾਰਿਆਂ ਦੇ ਗੜੇ ਹੱਥ ਵੀ ਜੋੜੇ, ਉਹਨਾਂ ਨੇ ਸੁਣੀ ਗਿਣੀ ਨਹੀਂ, ਉਹਨਾਂ 'ਚ ਮੇਰੇ ਪੁੱਤ ਨੇ ਉਠਾ ਲਿਆ ਬਸ। ਤੁਸੀਂ ਕਿਹਾ ਨਹੀਂ ਫਿਰ ਉਸ ਟਾਈਮ ਉਹਨਾਂ ਨੂੰ ਕੁਝ? ਬੜੇ ਤਰਲੇ ਕੱਢੇ ਨੇਗੇ ਸਾਨੂੰ ਉਹਨਾਂ ਨੇ, ਕਿ ਅਸੀਂ ਕੀ ਕਹਿਣਾ ਸੀਗਾ ਸਾਨੂੰ, ਹੁਣ ਇੱਕ ਜਾਣੇ ਜਦੋਂ 20 ਜਾਣੇ ਪੈਣ ਉੱਥੇ ਕੀ ਕਰ ਸਕਦੇ। ਪੁਲਿਸ ਫੋਰਸ ਕਿੰਨੀ ਕੁ ਸੀਗੀ? ਪੁਲਿਸ 15-35 ਬੰਦੇ ਹੋਣੇ ਆ। ਅੱਛਾ ਜੀ, ਹਾਂਜੀ। ਅਤੇ ਕਿੰਨੇ ਬੰਦਿਆਂ ਦਾ ਜਿਹੜਾ ਪਰਚਾ ਦਰਜ ਕੀਤਾ ਗਿਆ? 7.5 ਜਣਿਆਂ 'ਤੇ ਆ, ਜਿਹੜੇ ਉਹ ਮਤਲਬ ਮੌਕੇ 'ਤੇ ਨਹੀਂ ਹੈਗੇ ਵੀ, ਪੋਤਰੇ ਮੇਰੇ ਜਿਹੜੇ ਉਹ ਹਿਮਾਚਲ 'ਤੇ ਆ, ਅਤੇ ਮੁੰਡਾ ਮੇਰਾ ਜਿਹੜਾ ਪਾਤਰੀ ਹੈਗਾ ਉਹਦਾ ਵੀ ਉਹਨਾਂ ਨੂੰ ਉਹ ਵੀ ਹੈਗਾ, ਅਤੇ ਉਹ ਜਿੱਥੇ ਕੰਮ ਕਰਦਾ ਟਰੱਕ ਬਾਡੀਆਂ ਦਾ ਕੰਮ ਕਰਦਾ ਆ ਜੀ, ਅਤੇ ਉਹਦੇ 'ਤੇ ਵੀ ਪਰਚਾ ਨਜਾਇਜ਼, ਸਾਡੇ 'ਤੇ ਨਜਾਇਜ਼, ਮੇਰੇ ਨੌਵਾਂ ਨੂੰ ਮਾੜਾ ਚੰਗਾ ਅਬੇ ਤਬੇ ਬੋਲੇ ਨੇਗੇ, ਉਹਨਾਂ ਡਾਂਗਾਂ ਲੈ ਲੈ ਪੈਂਦੇ ਸੀਗੇ, ਅਤੇ ਤੁਹਾਨੂੰ ਪਤਾ ਜਦੋਂ ਸਾਨੂੰ ਜੇ ਮਾੜਾ ਕੂਣਗੇ ਤਾਂ ਫਿਰ ਅੱਗੋਂ ਹੁਣ ਜਿਹਨੂੰ ਇੱਕ ਵਾਰੀ ਮਾੜਾ ਕੋਈ ਉਹ ਵੀ ਅੱਗੋਂ ਮਾੜਾ ਮੋਟਾ ਤਰਲਾ ਮਿੰਟ 'ਤੇ ਕੱਢਦਾ ਹੀ ਆ। ਇਸ ਤੋਂ ਪਹਿਲਾਂ ਵੀ ਪਿੱਛੇ ਪੁਲੀਆਂ ਨੇ ਜਾਂ ਅੱਗੇ ਨੇ ਕਿ ਇੱਥੋਂ ਸਟਾਰਟ ਖੋਲਦੇ ਆ ਕਿ ਉਰੇ ਤੋਂ ਲੱਗੇ ਨੇ ਖੋਲਦੇ? ਪਿੱਛੋਂ ਜੋਗਾ ਵੀ ਬੰਦ ਆ, ਆਹ ਨੂਰਪੁਰਿਆ ਬੰਦ ਆ, ਹੋਤੀਪੁਰਿਆ ਬੰਦ ਆ, ਸਿਰਫ ਇੱਥੇ ਇਹਨਾਂ ਪੁਲੀਆਂ 'ਤੇ ਆਣ ਕੇ ਮੇਰੇ 'ਤੇ ਜ਼ੋਰ ਜ਼ਿਆਦਾ ਕਰਦੇ ਨੇ। ਅਤੇ ਜਿਵੇਂ ਪੁਲੀਆਂ ਇੱਥੇ ਕਈ ਦਿਖ ਰਹੇ ਨੇ ਲਗਾਤਾਰ, ਅੱਗੇ 5-6 ਪੁਲੀਆਂ ਨੇ, ਇਹ ਸਾਰੀਆਂ ਖੋਲੀਆਂ ਕਿ ਸਿਰਫ ਜਿਹੜੀ ਤੁਹਾਡੀ ਜ਼ਮੀਨ ਦੇ ਅੱਗੇ ਆਉਂਦੀ ਅਸੀਂ ਖੋਲ ਰਹੇ ਨੇ? ਇਹਨਾਂ 'ਚ ਇਹ ਖੋਲਦੇ ਨੇ, ਉਹ ਵੀ ਅਗਲੀਆਂ ਉਸ ਤਰ੍ਹਾਂ ਖਲਾਈਆਂ ਉਹਨਾਂ ਨੇ, ਖੋਲੀਆਂ ਅਸੀਂ ਆਪ ਹੀ ਖਲਾਈਆਂ ਮੌਕੇ 'ਤੇ, ਮੈਂ ਉਦਣ ਇੱਥੇ ਹੀ ਆਇਆ ਸਾਂ। ਅੱਜ ਜਿਹੜੀ ਆ ਸਾਡੀ ਪੈ 'ਚ ਨੱਕਾ ਕਰਦੇ, ਮਤਲਬ ਸਾਡੇ ਬਗੈਰ ਪੁੱਛਣ ਤੋਂ ਕਰਦੇ ਨੇ ਕਿ ਪੁਲਿਸ ਹੈ, ਮੈਨੂੰ ਤਾਂ ਤੈਨੂੰ ਪਤਾ ਨਹੀਂ ਅਸੀਂ ਆਉਣਾ, ਮੈਂ ਕਿਹਾ ਤੁਸੀਂ ਜੇ ਅੱਗੋਂ ਪੁੱਛੋ ਸਾਨੂੰ ਬੁਲਾ ਸਕਦੇ ਤਾਂ ਹੁਣ ਨਹੀਂ ਬੁਲਾ ਸਕਦੇ ਵੀ ਜੀ, ਇਹਨਾਂ ਦੇ ਮੈਨੂੰ ਦੇ ਅੱਗੋਂ ਤਾਂ ਸਭ ਦਫਕਦੇ ਨੇ ਕਿ ਵੀ ਤੂੰ ਇਸੋ ਚਲੇ ਜਾ, ਮੈਂ ਭੱਜ ਗਿਆ ਅਤੇ ਇਹਨਾਂ ਮੁੰਡੇ ਨੂੰ ਢਾ ਲਿਆ ਆ। ਤੁਹਾਨੂੰ ਪਹਿਲਾਂ ਕੋਈ ਨੋਟਿਸ ਕੱਢਿਆ ਗਿਆ ਸੀ? ਨਾ, ਕੋਈ ਮੈਨੂੰ ਨੋਟਿਸ ਨਹੀਂ ਆਇਆ, ਕੋਈ ਮੈਨੂੰ ਕਿਸੇ ਪੁਲਿਸ ਮੁਲਾਜ਼ਮ ਨੇ ਨਹੀਂ ਦੋ ਵਾਰੀ ਆਇਆ, ਕਿਸੇ ਨੇ ਸੱਦਿਆ ਹੀ ਨਹੀਂ, ਪੁੱਛਿਆ ਹੀ ਨਹੀਂਗਾ, ਇਹ ਤਾਂ ਧੱਕਾ ਆਇਆ ਉਹਨਾਂ ਦਾ। ਕੀ ਨਾਮ ਹੈ ਜੀ? ਜਨਰਲ ਨਾਮ ਗੁਰਨਾਮ ਸਿੰਘ, ਜਿੰਦਰ ਸਿੰਘ ਜੀ। ਕੀ ਗੱਲਬਾਤ ਹੋਈ ਹੈ? ਜਿਹੜੇ ਗੱਲਬਾਤ ਜੀ, ਸਾਡਾ ਇਹ ਪੈਲੀ ਦਾ ਮਸਲਾ ਆ, ਸਾਡੇ ਮਤਲਬ ਵੀ ਇਹ ਪਈ ਸਾਡੀ ਥਾਂ 'ਚ ਆ ਜੀ, ਇੱਥੋਂ ਤੋੜਦੇ ਪਈ, ਪਿੱਛੇ ਪੁਲੀਆਂ ਉਹਨਾਂ ਨੂੰ ਕੋਈ ਛੇੜਦਾ ਨੀਗਾ, ਔਰ ਜੇ ਮੇਰੇ ਮੁੰਡੇ ਨੇ ਉਹਨਾਂ ਨੂੰ ਪੁੱਛਿਆ ਉਹਨੂੰ ਫਿਰ ਡਾਂਗਾਂ ਨਾਲ ਪੁਲਿਸ ਵਾਲਿਆਂ ਢਾਲਿਆ, ਹੈ ਉਹਦਾ ਲੱਕ ਵੀ ਹਿਲਾ ਤਾ ਮੁੰਡੇ ਦਾ ਮਾਰ ਮਾਰ ਕੇ, 16 ਸਾਲ ਦਾ ਮੁੰਡਾ ਸਾਰਾ, ਪੜ੍ਹਦਾ ਲਿਖਦਾ ਮੁੰਡਾ ਆ ਜੀ, ਉਹਨੂੰ ਦਾਖਲ ਕਰਾਇਆ ਸੀ, ਪ੍ਰਾਈਵੇਟ ਹੀ ਕਰਾਇਆ ਵੀ, ਸਰਕਾਰੀ 'ਚ ਤਾਂ ਤੈਨੂੰ ਪਤਾ ਪੈਸੇ ਭਰ ਦਿੰਦੇ ਜਾ ਕੇ, ਸਰਕਾਰੀ 'ਚ ਦਾਖਲ ਹੀ ਨਹੀਂ ਹੋਣ ਦਿੰਦੇ, ਠੀਕ ਹੈ, ਮੁਲਾਜ਼ਮਾਂ ਦਾ ਤੁਹਾਨੂੰ ਪਤਾ ਇੰਨਾ ਜ਼ੋਰ ਆ, ਇਹ ਮੁਲਾਜ਼ਮੀ ਵਰਦੀ ਦੇ ਰੂਪ 'ਚ ਗੁੰਡਾਗਰਦੀ ਕਰਦੇ ਆ। ਨਹੀਂ, ਜਿਹੜੇ ਪੁਲੀ ਖੋਲਣ ਦਾ ਕੀ ਮਾਮਲਾ ਸੀ ਵੀਡੀਓ ਇੱਥੇ ਖੋਲੀ? ਪੁਲੀ ਦਾ ਮਸਲਾ ਇਹ, ਪੁਲੀ ਮਤਲਬ ਵੀ ਸਾਡੇ ਤਾਂ ਖੋਲਦੇ ਪਰਾਂ ਨਹੀਂ ਖੋਲਦੇ ਕਿਤੇ, ਇਹ ਸਾਡੀ ਪੈਲੀ ਦੇਖਦੀ ਪੁਲੀ ਖੋਲਣ ਨੂੰ, ਹੋਰ ਕੋਈ ਹੈ ਹੀ ਨਹੀਂ ਜਗ੍ਹਾ ਖੋਲਣ ਨੂੰ। ਕਿੰਨੀ ਪੈਲੀ ਹੈ ਤੁਹਾਡੀ? ਇਹ 3 ਕਨਾਲ ਪੈਲੀ ਹੈ ਜੀ, ਮਾਲਕੀ ਆ ਸਾਡੀ, 6 ਭਾਈ ਵਾਲਿਆਂ ਵਿੱਚ ਦੇ ਵਿੱਚ। ਅਤੇ ਪੁਲਿਸ ਵੱਲੋਂ ਜਿਹੜਾ ਤੁਹਾਡੇ 'ਤੇ ਪਰਚਾ ਕਾਹਦਾ ਕੀਤਾ ਗਿਆ? ਪਰਚਾ ਇਹੀ ਕੀਤਾ ਗਿਆ ਵੀ ਪੁਲਿਸ ਦੇ ਗਲ ਪਏ ਆ, ਇੱਕ ਬੰਦਾ ਦੱਸੋ ਪੁਲਿਸ ਦਾ ਕੀ ਕਰ ਸਕਦਾ, ਇੱਥੇ 50 ਪੁਲਿਸ ਵਾਲੇ ਹੋਣੇ ਜਿਨ੍ਹਾਂ ਨਾਲ ਇੱਕ ਮੁੰਡਾ ਸੀ ਮੇਰਾ ਇਕੱਲਾ ਇੱਥੇ, ਹੈ ਜੀ, ਉਹ ਪੁਲਿਸ ਮੁਕਾਬਲਾ ਬਣਾਇਆ ਉਹਦਾ। ਕਿੰਨੇ ਜਣਿਆਂ 'ਤੇ ਪਰਚਾ ਦਰਜ ਕੀਤਾ? ਪਰਚਾ ਸਾਡੇ ਕੀਤਾ, ਜਿਹੜੇ ਮੁੰਡੇ ਸਾਡੇ ਘਰੇ ਨਹੀਂ ਉਹਨਾਂ 'ਤੇ ਵੀ ਪਰਚਾ ਦਰਜ ਕੀਤਾ, ਜਿਹੜੇ ਇੱਥੇ ਮੌਕੇ 'ਤੇ ਨਹੀਂ ਸੀ ਹੈਗੇ। ਪੁਲਿਸ ਨੂੰ ਉਹਨਾਂ ਬਾਰੇ ਫਿਰ ਕੀ ਹੈ, ਉਹ ਸੀਗਾ ਵੀ ਜਿਹੜੇ ਬੰਦੇ ਉਰੇ ਹੈ ਨਹੀਂ ਸੀ ਉਹਨਾਂ 'ਤੇ ਪਰਚਾ ਦਰਜ? ਇਹ ਤਾਂ ਵੀ ਹੁਣ ਉਹ ਹੀ ਜਾਣਨ, ਜਾਂ ਜਿਹਨਾਂ ਲਿਖਾਇਆ ਉਹਨਾਂ ਨੂੰ ਪਤਾ ਹੋਊਗਾ।